ਪੰਜਾਬੀ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਤਰਨ ਤਾਰਨ ਵਿੱਚ ਪੁੱਜੇ, ਜਿੱਥੇ ਉਹਨਾਂ ਕਿਹਾ ਕਿ ਤੀਜੀ ਧਿਰ ਦੀ ਸਰਕਾਰ ਬਣਨ 'ਤੇ ਮਾਇਆਵਤੀ ਨੂੰ ਪ੍ਰਧਾਨ ਮੰਤਰੀ ਬਣਾਇਆ ਜਾਏਗਾ। ਸੁਖਪਾਲ ਸਿੰਘ ਖਹਿਰਾ ਨੇ ਤਰਨ ਤਾਰਨ ਵਿੱਚ ਪੱਤਰਕਾਰਾਂ ਦੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬੀਬੀ ਖਾਲੜਾ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸੰਦੇਸ਼ ਨੂੰ ਚੋਣ ਮਨੋਰਥ ਪੱਤਰ ਦੇ ਤੌਰ 'ਤੇ ਕਹਿਣਾ ਕਿਸੇ ਵੀ ਪ੍ਰਕਾਰ ਨਾਲ ਚੋਣ ਜ਼ਾਬਤੇ ਦੀ ਉਲੰਘਣਾ ਨਹੀਂ। ਉਹਨਾਂ ਕਿਹਾ ਕਿ ਵਿਰੋਧੀਆਂ ਵੱਲੋਂ ਕੀਤੀ ਸ਼ਿਕਾਇਤ 'ਤੇ ਚੋਣ ਅਧਿਕਾਰੀ ਨੂੰ ਬੀਬੀ ਖਾਲੜਾ ਦੇ ਦਿੱਤੇ ਜਵਾਬ ਦੀ ਉਹ ਸ਼ਲਾਘਾ ਕਰਦੇ ਹਨ। ਸੁਖਪਾਲ ਸਿੰਘ ਖਹਿਰਾ ਨੇ ਕੇਜਰੀਵਾਲ ਵੱਲੋਂ ਕਾਂਗਰਸ ਨਾਲ ਸਮਝੌਤੇ ਕਰਨ ਲਈ ਕੀਤੇ ਯਤਨਾਂ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਜਿਸ ਕਾਂਗਰਸ ਪਾਰਟੀ ਨੂੰ ਕੇਜਰੀਵਾਲ ਪਾਣੀ ਪੀ ਕੋਸਦਾ ਸੀ, ਅੱਜ ਉਸੇ ਪਾਰਟੀ ਲਈ ਤਰਲੋ ਮੱਛੀ ਹੋ ਰਿਹਾ ਹੈ। ਬਠਿੰਡਾ ਵਿੱਚ ਬੀਬੀ ਖਾਲੜਾ ਸੰਬੰਧੀ ਅਮਨ ਅਰੋੜਾ ਵੱਲੋਂ ਦਿੱਤੇ ਬਿਆਨ 'ਤੇ ਖਹਿਰਾ ਨੇ ਤਿੱਖਾ ਵਿਅੰਗ ਕੱਸਦਿਆਂ ਅਮਨ ਅਰੋੜਾ ਨੂੰ RSS ਦਾ ਏਜੰਟ ਕਰਾਰ ਦਿੰਦਿਆਂ ਕਿਹਾ ਕਿ ਉਹ ਆਪਣੀ ਸਲਾਹ ਆਪਣੇ ਕੋਲ ਰੱਖੇ। ਖਹਿਰਾ ਨੇ ਇਹ ਵੀ ਕਿਹਾ ਕਿ ਭਾਰਤੀ ਜਨਤਾ ਪਾਰਟੀ, ਕਾਂਗਰਸ ਅਤੇ ਇਹਨਾਂ ਦੀਆਂ ਸਹਿਯੋਗੀ ਰਾਜਸੀ ਪਾਰਟੀਆਂ ਪਿਛਲੇ 70 ਸਾਲਾਂ ਤੋਂ ਲੋਕਾਂ ਨੂੰ ਬੇਵਕੂਫ਼ ਬਣਾਉਂਦੀਆਂ ਆ ਰਹੀਆਂ ਹਨ, ਜਿਨ੍ਹਾਂ ਦੀ ਹੁਣ ਦੇਸ਼ ਵਾਸੀਆਂ ਨੂੰ ਸਮਝ ਪੈ ਚੁੱਕੀ ਹੈ। ਇਸ ਕਰਕੇ ਐਤਕੀ ਵਾਰ ਤੀਜੀ ਧਿਰ ਦੀ ਸਰਕਾਰ ਬਣੇਗੀ। ਇਹਦੇ ਅਮਨ ਅਰੋੜੇ ਨਾਲ ਦਾ ਝੂਠਾ ਬੰਦਾ ਕੋਈ ਨਹੀਂ ਗਾ ਜੀ। ਮੈਂ ਤੁਹਾਨੂੰ ਕਹਿ ਰਿਹਾ ਕਿ ਇਹ ਆਮ ਆਦਮੀ ਪਾਰਟੀ ਵਿੱਚ RSS ਦਾ ਪਲਾਂਟਡ ਏਜੰਟ ਹੈ। ਇਹ ਕਹਿੰਦਾ ਵਾ ਕਿ ਆਮ ਆਦਮੀ ਪਾਰਟੀ ਦੇ ਜਿਹੜੇ ਵਿਧਾਇਕ ਬਣੇ ਨੇ ਆਮ ਘਰਾਂ ਦੇ ਬਣੇ ਨੇ। ਇਹਦਾ ਤਾਂ 500 ਕਰੋੜ ਦਾ ਵਪਾਰ ਹੈ, ਇਹਦਾ ਡੈਂਟਲ ਕਾਲਜ ਚਲਾ ਰਹੇ ਨੇ, ਇਹਨਾਂ ਦੇ ਤਾਂ ਵਿਦੇਸ਼ਾਂ ਦੇ ਵਿੱਚ ਵਪਾਰ ਨੇ। ਘੱਟੋ ਘੱਟ ਅਮਨ ਅਰੋੜਾ ਇਹ ਨਸੀਹਤ ਕਿਸੇ ਨੂੰ ਨਾ ਦੇ। ਅਤੇ ਜਿਹੜਾ ਉਹ ਕਹਿੰਦਾ ਕਿ ਮੈਂ ਫੰਡਸ ਕਲੈਕਟ ਕਰ ਰਿਹਾ, ਮੇਰੀ ਅਮਨ ਅਰੋੜੇ ਨੂੰ ਜਨਤਕ ਚੁਣੌਤੀ ਆ, ਇੱਕ ਵੀ ਐਂਟਰੀ ਗਲਤ, ਇੱਕ ਵੀ ਪੈਸੇ ਦੀ ਫੋਰਨ ਡੋਨੇਸ਼ਨ ਸਾਬਤ ਕਰ ਦੇਵੇ, ਅਤੇ ਜੇ ਨਹੀਂ ਸਾਬਤ ਕਰ ਸਕਦਾ ਤਾਂ ਇਹਨੂੰ ਜਨਤਕ ਮਾਫ਼ੀ ਮੰਗਣੀ ਚਾਹੀਦੀ। ਜੇ NRI ਕੇਜਰੀਵਾਲ ਨੂੰ ਸਪੋਰਟ ਕਰਨ ਤਾਂ ਚੰਗੇ ਨੇ, ਅਤੇ ਜੇ NRI ਪੰਜਾਬ ਡੈਮੋਕਰੇਟਿਕ ਅਲਾਇੰਸ ਨੂੰ ਸਪੋਰਟ ਕਰਨ ਤਾਂ ਉਹੀ NRI ਹੁਣ ਮਾੜੇ ਹੋ ਗਏ ਅਮਨ ਅਰੋੜੇ ਵਰਗੇ। ਇਹ ਸਾਰੇ ਬੁਖਲਾਏ ਹੋਏ, ਹਾਰੇ ਹੋਏ, ਨਕਾਰੇ ਹੋਏ ਆਗੂ ਨੇ। ਖਡੂਰ ਸਾਹਿਬ ਤੋਂ ਕਮਲਜੀਤ ਕੌਰ ਦੀ ਰਿਪੋਰਟ।